دعائے ظہر پیمان زمانہ بسم اللہ الرحمن الرحیم اللہم فی لیولی حید فی اللہ حجت ابن الحسن صلوات و علیہ و علام آبائی فی حاضر ساعت و فی دزاب ولیم و حافظم و قائد و مناصر و مدلیل و معائنہ حتاو تسکن ابو غرطان و تومت ابو فیہا و طویلہ یا رب محمد و آل محمد بسم اللہ الرحمن الرحیم نعوت علیم ملہر رجائب تجدہو اون اللہ کفر نوائب اللہم من و آئیم من سیجن جلیب بلایتک یا علیو یا علیو یا علی یا باب الحوائج یا ابل فضل الرحمٰن صلی اللہ علیہ وسلم یا باب الحوائج یا حجاب ام المصائب سلام اللہ علیہا پالنے والا سشی اسم بھائیاں دی دس دن بھی ڈیوٹی مزدور تمبول فرما جتنے جتنے قدم تو اتیاں میرا اللہ ایک قدم تے محافظت فرما کافی عزاد آئے تشریف فرماؤ آمین اچھی آواز نہ رکھو نئے اللہ جتنے حاضرین میں پھر بیٹھے انہوں نے رزق مال جو غصت نہیں فرما بانیان مجلس میں واجب ہوئے تھے ہم بھئی مزین عباس چامن صاحب بھئی شہد عباس چامن صاحب دیئے ٹوٹی لنگ رہ دیا زکر جرکہ جات مزور تو مجبور فرما بانیان دے جوڑ سلامت ہونے والدین دس آیا سرین تھے قیم ہوتے ہیں فرما بانیان اتفاق و اتحاد نہیں فرما اس زیادہ استعطا فرما دل محمد و آل محمد عزت و عظمت واسطے جو بیمار ہیں انہوں شفا عنایت فرما جو بے اولاد ہیں انہوں صحت اولاد فرما میرا اللہ ساری اہم دعا ہے امام زمانہ دا جلد ظہور فرما امام دی زیارت و شرف فرما اللہم صلی اللہ محمد و آل محمد دعائیں دی قبولیت واسطے صلوات بلند دعا انہیں کافی اتنا ہے کاندان رسالت صلوات واجب ہے بلند دعا صلوات اس مجلسے اللہ دی قبولیت واسطے والوی صلوات چلوات دعا اللہ اللہ امام زمانہ علیہ السلام دی احمد و سلام دی واسطے والوی اچھی آواز نال صلوات میں واجب علیہ پیام جوان و ماتمی عزت آئے جناب دی ہے اجازت میں نات کے قرآن تک اس سے شروع کیا جتنا جتنا جناب دے ذہن و چال محمد بلند ہیں اتنی بلند صلوات ماشاءاللہ
اشرفل انبياء والمرسلين صلوات ਮੇਸ਼ੀ ਅਸਮੀ ਮਾਤਮਨ ਅਪੀਲੇ ਮੋਮਨ ਹੁਸੈਨ ਦੇ ਅਦਾਇਆ ਦੇ ਆਸੇ ਬੰਦੇ ਆਸੇ ਤੋ ਆਦੀ ਤਵਜੂ ਮੈਂ ਦੇ ਆਦੇ ਪਾਸੇ ਹੋਵੇ ਮਿਹਰਬਾਨ ਅੱਲਦੀ ਹੁਸੈਨ ਦੇ ਦੁਨੀਆਂ ਦਾ ਵੀ ਕੋਈ ਗਮ ਨਾ ਦੇਖੋ ਤੁਹਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਆਉਣ ਹਰ ਵੇਲੇ ਦਾ ਵਿਆਜ਼ਮੰਦ ਮੈਂ ਤਾਲਬ ਲੱਗਦੀ ਅਸੀਂ ਇੱਥੇ ਤੁਹਾਡੇ ਸਾਹਮਣੇ ਡਿਊਟੀ ਮਰਨ ਦੇਦਾ ਪਿਆ ਮੈਂ ਤੁਹਾਡਾ ਬਹੁਤ ਸ਼ੁਕਰ ਗੁਜ਼ਾਰ ਹਾਂ ਜੋ ਤੁਸੀਂ ਬੜੀ ਮੁਹੱਬਤ ਨਾਲ ਸਮਾਤ ਫਰਮਾਏ ਤੇ ਪਏ ਵੇ ਅੱਜ ਦੇ ਮਜਲਿਸ ਵਿੱਚ ਮੇਰਾ ਦਿਲ ਚਾਹੁੰਦਾ ਹੈ ਜੋ ਮੈਂ ਹੁਸੈਨ ਦੇ ਛੋਟੇ ਪੁੱਤ ਐਲੀ ਅਸਗਰ ਦੀ ਮੁਕੰਮਲ ਮਜਲ ਸੁਣਾ ਮਚਾ ਫਜ਼ਾਇਲੀ ਅਲੀਅਸ ਗਏ ਦਾ ਔਰ ਮਸਾਇਬ ਦੀ ਸ਼ਹਜ਼ਾਦਾ ਅਲੀਅਸ ਗਏ ਮੌਲਾ ਤੁਹਾਨੂੰ ਸਲਾਮਤ ਰੱਖੇ ਹੈ ਇਜਾਜ਼ਤ ਮੈਂ ਸ਼ਹਜ਼ਾਦੇ ਦੀ ਮਜਲ ਸ਼ੁਰੂ ਕਰਾਂ ਨਾਮੇ ਅਸਗੈ ਕੀ ਜਿਸ ਦੋ ਪਹਿਚਾਨ ਨਹੀਂ ਹੈ ਤਵੱਜੋ ਹੋਵੇ ਅਨਮੋਲ ਮਜਲ ਤੁਹਾਡੀ ਝੋਲੀਆਂ ਤੇ ਪਹੁੰਚਾਉਣਾ ਚਾਹੁੰਦਾ ਨਾਮੇ ਅਸਗੈ ਕੀ ਜਿਸਕੋ ਪਹਿਚਾਨ ਨਹੀਂ ਹੈ ਇੱਕ ਦਫਾ ਬਲ ਸੁਣੋ ਨਾਮੇ ਅਸਗੈ ਕੀ ਜਿਸਕੋ ਪਹਿਚਾਨ ਨਹੀਂ ਹੈ ਸੱਚ ਪੁੱਛੋ ਵੋ ਮੁਸਲਮਾਨ ਨਹੀਂ ਹੈ ਸਲਾਮ ਹੋਵੇ ਇਹਨਾਂ ਹੱਥਾਂ ਨੂੰ ਤੁਹਾਡੇ ਮੁਸਲਮਾਨ ਆਬਾਦ ਹੋਵੇ ਮਾਤਮੀ ਜੀਤ ਰਹੇ ਨੇ ਚਾਚਾ ਸਾਹਿਬ ਖਸੂਸੀ ਦੁਆ ਕਰਨਾ ਚਾਹੁੰਦਾ ਨਾਮ ਐਸਾ ਹੈ ਕਿ ਜਿਸਕੋ ਪਹਿਚਾਨ ਨਹੀਂ ਹੈ ਸੱਚ ਪੁੱਛੋ ਵੋ ਮੁਸਲਮਾਨ ਨਹੀਂ ਹੈ ਇੱਕ ਦਫਾ ਬੋਲ ਸੁਣੋ ਨਾਮ ਐਸਾ ਹੈ ਕਿ ਜਿਸਕੋ ਪਹਿਚਾਨ ਨਹੀਂ ਹੈ ਸੱਚ ਪੁੱਛੋ ਵੋ ਮੁਸਲਮਾਨ ਨਹੀਂ ਹੈ ਮੁਝ ਸੇ ਕਿਆ ਪੁੱਛਤੇ ਹੋ ਸ਼ਾਮ ਐਸਾ ਹੈ ਕਿ ਲੋਗੋ ਕਿਆ ਤੁਮਹਾਰੇ ਘਰ ਮੇ ਕੁਰਾਨ ਨਹੀਂ ਹੈ ਸਦਾ ਸਲਾਮਤ ਹੋ ਸਦਾ ਸਲਾਮਤ ਹੋ ਜਮਾਨੇ ਨਸੀਬ ਹੋਏ ਤੁਹਾਡੇ ਨਸਲਾਂ ਆਬਾਦ ਹੋਣ ਝੋਲੀ ਚਾਹ ਕੇ ਦੁਆ ਪਿਆ ਦੇ ਸਿਵਾਏ ਕਿ ਮੈਂ ਹੁਸੈਨ ਤੇ ਦੁਨੀਆ ਤੇ ਕੋਈ ਗੱਲ ਨਾ ਦੇ ਕੇ ਨਾ ਕਿ ਕੀਮਤ ਲੱਗ ਇੱਕ ਵੀ ਤੁਹਾਡੇ ਝੋਲੀਆਂ ਤੇ ਪਹੁੰਚਾ ਮਾਚਾ ਚਾਚਾ ਸਾਈ ਅਸੀਂ ਗਏ ਨੇ ਪਾਉਂ ਨਾ ਰੱਖਿਆ ਜ਼ਮੀਨ ਪਰ ਮੈਂ ਨਾ ਕਿ ਨਾ ਕਿ ਕੀਮਤ ਲੱਗ ਦੁਆ ਦੇ ਸੋ ਐ ਤੇ ਦੁਆ ਦੇ ਦੇ ਸੋ ਅਸੀਂ ਗਏ ਨੇ ਪਾਉ ਨਾ ਰੱਖਿਆ ਜ਼ਮੀਨ ਪਰ ਅਸ ਗਏ ਨੇ ਪਾਉ ਨਾ ਰੱਖਿਆ ਜ਼ਮੀਨ ਪਰ ਇਸਲਾਮ ਕੋ ਜ਼ਮੀਨ ਪਰ ਚਲਣਾ ਸਿਖਾ ਦਿਆ ਸਦਾ ਸਲਾਮਤ ਹੋ ਜਵਾਨਾਂ ਸਦਾ ਜੀਓ ਪਏ ਦਿਲ ਚਾਹੁੰਦਾ ਕਿ ਸ਼ਹਿਜ਼ਾਦੇ ਦੀ ਅਜ਼ਮਤਾ ਆਮਤਾ ਕਸੀਦਾ ਸੁਣਾਵਾਂ ਚਾ ਸਲਵਾਤ ਜੀ ਆਵਾਜ਼ ਨਾਲ ਪੜੋ ਚਾ ਹੁਸੈਨ ਇਬਨੇ ਅਲੀ ਕੇ ਘਰ ਹੁਆ ਸਲਾਮ ਹੋਵੇ ਨਾ ਤਾਂ ਨੌਜਵਾਨ ਨਸੀਬ ਹੋਏ ਸਾਡਾ ਜੀ ਰੁਪਏ ਦੇ ਪਿਛਲੇ ਬੈਚ ਹੋ ਇਬਾਦਤ ਚ ਸਾਏ ਲੋ ਹੁਸੈਨ ਬਨੇ ਅਲੀ ਕੇ ਘਰ ਹੁਆ ਚਲਵਾ
अल्लाह सुभान अल्लाह شہزادے دی مجلس میں چاہتا ہوں جی آئے چھ مہینے کا زبا تر دفعہ ہوا ہے
جنہ دی ہے کہ لگے یہ جنت واجب ہو گئی ہے میرے ماں بہن جنہ دی جھولیاں آباد نہیں جھولیاں پھیلا دو اج سے روپا پتے بٹے ہیں اج جھولیاں آباد ہو سن الحمد للہ الحمد للہ سونے استقبال بیٹھے ہوئے مسائل دا پیاتلا چتری سال مکتو فکرتا چھ بادا جنا تیر ملنے مار دتا وہ آپ جگر بیبی میری حسرت مسلمان پیتا
ਸਾ ਦੇ ਤੰਗਦਾ ਨਹੀਂ ਤਾਂ ਤੱਛਾ ਮੈਂ ਜਾਇਦਾ ਤੇ ਪਾਣੀ ਨਾ ਮੰਗਦਾ ਚਾਚਾ ਜੀ ਮਾਂ ਦੀ ਆਵਾਜ਼ ਆ ਗਈ ਮੇਰੇ ਨਾਲ ਅੱਲਾ ਦੇ ਨਾਮ ਤੇ ਜਾਇਦਾ ਤੇ ਪਾਣੀ ਕਿਉਂ ਨਹੀਂ ਮੰਗਦਾ ਹੋਲੇ ਹੋਲੇ ਆ ਜਾ ਮੇਰੇ ਬਾਬਾ ਤੂੰ ਇਮਾਮ ਹੈ ਤੂੰ ਆ ਬਚਾ ਇੰਨਾ ਤੂੰ ਕਿਵੇਂ ਪਾਣੀ ਮੰਗਦਾ ਇਹ ਤਾਂ ਮੈਂ ਦੇ ਅਕਬਰ ਦੇ ਕੋ ਕਹ ਲੈ ਇਹ ਤਾਂ ਮੈਂ ਦੇ ਅਲਮਾ ਵਾ ਲੈ ਚਾਚੇ ਦੇ ਕਿਆ ਕਹ ਲੈ ਇਹ ਤਾਂ ਮੈਂ ਦੇ ਕਿਆ ਸੇਵ ਦੇ ਅਲਮਾਨ ਅਲਮਾਨ ਮੌਲੇ ਬਾਤੇ ਕਬੂਲ ਸੇ ਨਾ ਲੈ ਆ ਮੇਰੀ ਸੇਰ ਆਪੇ ਪੇਟੇ ਦਾ ਪੂਛਾ ਚਾਲ مسلمان ਮੁਸਲਮਾਨੋ ਮੈਂ ਪਿਆਜ਼ਾ ਮੈਨੂੰ ਇੱਜ਼ਤ ਪਾਣੀ ਦੇ ਚਾ ਉਹ ਮਾਤਰੀਆਂ ਦਾ ਗਾਇਰੀਅਤ ਦਾ ਹੁਸਨ ਦਾ ਨਾਲ ਪਾਣੀ ਮੰਗੋ ਹੈਵਾਨਾਂ ਦੀਆਂ ਜੇਰੀਆਂ ਜ਼ਮੀਨ ਤੇ ਆ ਲਗੀਆਂ ਇੱਕ ਦੂਜੇ ਨੂੰ ਆ ਦਿੰਦੇ ਚਾ ਪਾਣੀ ਨਾਲ ਕਿਤਨਾ ਪੀਣਾ ਤੁਹਾਡੇ ਦੋ ਦਰਿਆਵਾਂ ਦੇ ਪੈਣ ਜਿਵੇਂ ਜੋ ਫੌਜ ਚਾਲਾ ਬਦਲ ਦੇ ਦਿੱਤੇ ਇਬਨ ਸਾਦ ਦੇ ਪਿਆਦੇ ਹੁਲਮਰ ਕਮੀਨਾ ਕਿਆ ਪਿਆ ਦੇ ਦੇ ਬਾਲ ਹੋਕ ਜੰਗ ਚਿਕੇ ਦਾ ਪੀਏ ਇਹਨੂੰ ਐਸਾ ਪਾਣੀ ਪਿਵਾ ਵੱਤਿਆ ਮਤਈ ਪਾਣੀ ਨਾ ਮੰਗੇ ਇਹ ਲਾਲ ਕਮੀਨਾ ਉਹ ਤੀ ਚਾਹੇ ਜੇ ਭਜਦੇ ਹੋਏ ਹਵਾਨਾ ਤੇ ਇਸਤਮਾਲ ਹੋਗਾ ਉਹ ਜਵਾਨਾ ਮਾਤਰੀ ਤੀ ਚਾਹ ਤੂੰ ਚੀਜ ਜਾ ਤਿਆ ਦੇ ਭੈ ਇਹੋ ਦੀ ਲਈਏ ਸ਼ੇਸ ਜਮਈਏ ਗੱਲੇ ਦਾ ਨਿਸ਼ਾਨਾ ਮੈਂ ਆਈ ਦਾ ਹੱਥ ਕੰਮੇ ਤੇ ਜ਼ਮੀਨ ਤੜਾਈ ਦੀ ਹੈ ਤੂੰ ਦੀ ਲੰਬਾ ਨਿਸ਼ਾਨਾ ਮੈਂ ਸੁਭਾਨ ਅੱਲਾਹ ਅਲਹਮਦੁਲਿਲਾਹ
ਮਾਤਮ ਹਰਾ ਦਾਇਓ ਮੈਦਾ ਇਮਾਮ ਪੁੱਤਾਂ ਨੂੰ ਚਾਟ ਝੁੱਠੇ ਪੁੱਤਾਂ ਨੂੰ ਚਾਟ ਟੋਪੀ ਹੈ ਉਹ ਜਵਾਨ ਮਾਤਮੀ ਹੋ ਇਹ ਲਜਦੀ ਕਿਉਂਹੀ ਮੇਰੇ ਮਾਵਾਂ ਤੇ ਭੈਣਾਂ ਦੇ ਸੇ ਜਿਨ੍ਹਾਂ ਦੀ ਚੋਦੀ ਔਲਾਦ ਹੈ ਜਿੱਦਾਂ ਕੋਈ ਜਵਾਨ ਦੁਨੀਆਂ ਤੋਂ ਟੁਰਦਾ ਪਿਆ ਹੋਵੇ ਪਿਓ ਮਾਂ ਨੂੰ ਦੱਸਦਾ ਹੈ ਮੈਨੂੰ ਫਲਾਂ ਤਕਲੀਫ ਹੈ ਮਦਰ ਪਾਸ ਵਿੱਚ ਦਾਇਬੇ ਮੈਦਾ ਸੀਨਾ ਪਿਆ ਬਿਖਦਾ ਹੈ ਉਹ ਜਵਾਨ ਦਾ ਜਦੋਂ ਝੋਲੀਆਂ ਨੇ ਅੱਲਾ ਨੂੰ ਜਿੱਦ ਦੇ ਦੇ ਪਾਇਆ ਹੋਵੇ ਲੇਕਿਨ ਮੈਨੂੰ ਅਸਲ ਨਜ਼ਰ ਨਹੀਂ ਆਇਆ
ایک مینا دے گھر میں دے تھا پیانی تے چھکی جا تے دفنے دا بیٹھا اے ظالما تے جلدی کر سو جے دے حالے ما دیو او ماتمی والا تا اے ظالما نے نیزے زمین وچ پائے نشوں کیتے نا نیزے زمین وچ نہیں مات جگہ تے پے دے بی بی آ دی اے منگا دعا مٹی تھی پہ پہ لگا کے آ گیا پیا سچے